ਆਹ ਦੇਖੋ ਵੀ ਜੀ, ਜੇ ਦੇਖੋ ਇਹ ਗੱਲ ਜਿਹੜਾ ਬੱਟਾ ਹੈਗਾ, ਬੱਟਾ ਕਈ ਵਾਰ ਉੱਪਰ ਆ ਗਿਆ, ਟੈਰ ਨਹੀਂ ਮਾਰਿਆ, ਨਹੀਂ ਹੁੰਦਾ ਤੁਸੀਂ ਛੱਡ ਦੋ ਟੈਂਡਰ, ਕੋਈ ਹੋਰ ਭਰ ਲੂਗਾ, ਪਰ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਇਹਦੇ ਹਿਸਾਬ ਨਾਲ ਆਹ ਪੇਮੈਂਟ ਲਿਆਉਂਦਾ। ਪੰਜਾਬ ਵਿੱਚ ਸੜਕਾਂ ਅਤੇ ਗਲੀਆਂ ਕਰੀਬ ਕਰੀਬ ਆਏ ਸਾਲ ਬਣਦੀਆਂ ਨੇ ਅਤੇ ਆਏ ਸਾਲ ਹੀ ਟੁੱਟ ਵੀ ਜਾਂਦੀਆਂ ਨੇ। ਇੱਕ ਕਮੇਡੀ ਕਲਾਕਾਰ ਮੁਤਾਬਕ ਦੇਸ਼ ਵਿੱਚ ਠੇਕੇਦਾਰਾਂ ਨੇ ਇੱਕੋ ਸੜਕ ਬਣਾ ਬਣਾ ਕੇ ਆਪਣੇ ਬੰਗਲੇ ਬਣਾ ਲਏ ਨੇ, ਪਰ ਸੜਕਾਂ ਨੂੰ ਠੀਕ ਢੰਗ ਨਾਲ ਨਾ ਬਣਾ ਸਕੇ। ਅਤੇ ਹੁਣ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹਲਕਾ ਬਰਨਾਲਾ ਵਿੱਚ, ਜਿੱਥੇ ਬੀਤੇ ਕੁਝ ਦਿਨਾਂ ਤੋਂ ਗਲੀਆਂ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ, ਪਰ ਠੇਕੇਦਾਰ ਗਲੀਆਂ ਨੂੰ ਠੀਕ ਢੰਗ ਨਾਲ ਬਣਾਉਣ ਦੀ ਬਜਾਏ ਰੇਤੇ ਦੇ ਉੱਪਰ ਹੀ ਲੁੱਕ ਅਤੇ ਬਜਰੀ ਪਾਈ ਜਾ ਰਿਹਾ ਹੈ, ਜਿਸ ਦਾ ਖੁਲਾਸਾ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਬੀਤੇ ਦਿਨ ਵੀ ਕੀਤਾ ਸੀ, ਜਿਸ ਤੋਂ ਬਾਅਦ ਠੇਕੇਦਾਰ ਨੇ ਕੰਮ ਠੀਕ ਢੰਗ ਨਾਲ ਕਰਨ ਦਾ ਵਾਅਦਾ ਕੀਤਾ ਸੀ। ਪਰ ਅੱਜ ਐਤਵਾਰ ਵਾਲੇ ਦਿਨ ਉਦੋਂ ਸਭ ਦੇ ਹੋਸ਼ ਉੱਡ ਗਏ ਜਦੋਂ ਵਿਧਾਇਕ ਮੀਤ ਹੇਅਰ ਨੇ ਇੱਕ ਵਾਰ ਫਿਰ ਤੋਂ ਇੱਕ ਗਲੀ ਵਿੱਚ ਜਾ ਕੇ ਛਾਪਾ ਮਾਰ ਲਿਆ, ਪਰ ਪਤਾ ਲੱਗਿਆ ਕਿ ਠੇਕੇਦਾਰ ਦਾ ਵਾਅਦਾ ਵੀ ਸਿਆਸਤਦਾਨਾਂ ਵਾਲਾ ਹੀ ਨਿਕਲਿਆ। ਦੇਖੋ ਇਹ ਗੱਲ ਜਿਹੜਾ ਬੱਟਾ ਹੈਗਾ, ਬੱਟਾ ਕਈ ਵਾਰ ਉੱਪਰ ਆ ਗਿਆ, ਟੈਰ ਨਹੀਂ ਮਾਰਿਆ, ਐਕਚੁਅਲੀ ਸਾਰੇ ਕਿਤੇ ਮਾਰਦੇ ਆ, ਤੁਸੀਂ ਫਸਟੋ ਨਹੀਂ ਕਰ ਰਹੇ, ਕੰਟਰੋਲ ਕੀਤਾ ਹੀ ਲੈ ਕੁਛ ਮੰਗਾਇਓ ਉਹਦੇ ਤੋਂ। ਮੈਨੂੰ ਰੇਤਾ ਪਿਆ, ਤੁਸੀਂ ਰੇਤੇ ਸਾਰੇ ਤੁਸੀਂ ਰੇਤੇ ਤੇ ਬਣਾਈ ਜਾਂਦੇ ਹੋ ਵੀਰ ਜੀ? ਕੰਪਰੈਸ਼ਨ ਮਾਰਿਆ ਸੀ ਇੱਥੇ ਕੱਲ੍ਹ? ਹਾਂਜੀ ਹਾਂ, ਦੋ ਕੁ ਮਿੰਟ ਹਾਂ, ਦੇਖਦਾ ਲਾਉਣਾ ਜੀ ਤੁਹਾਡੇ ਸਾਹਮਣੇ ਆ। ਮੈਨੂੰ ਫਸਟ ਕੋਡ ਦਿਖਾ ਦਿਓ ਕਿੱਥੇ। ਮੈਂ ਤੁਹਾਡੀ ਗੱਲ ਮੰਨਦਾ ਜੀ, ਦੇਖੋ ਨੈਚੁਰਲੀ ਇਹ ਜਿਹੜਾ ਸਿਸਟਮ ਦੇਖੋ, ਜੇ ਤੁਸੀਂ ਇੱਦਾਂ ਹੀ ਅਸੀਂ ਲੋਕਾਂ ਨੂੰ ਅਵੇਅਰ ਕਰਨਾ, ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ, ਦੇਖੋ ਤੁਹਾਡੀਆਂ ਗਾਈਡਲਾਈਨ ਹੋਈਆਂ ਉਸ ਦਿਨ ਬਹੁਤ ਵਧੀਆ, ਸਾਡੀ ਲੋਕਾਂ ਨੇ ਸਾਨੂੰ ਅਸੀਂ ਉਦੋਂ ਬਾਅਦ ਬਹੁਤ ਹੀ ਵਧੀਆ ਕੰਮ ਕਰਨ ਦੀ ਕੋਸ਼ਿਸ਼ ਵੀ ਕੀਤੀ ਔਰ ਕਰਿਆ ਵੀ। ਜੇ ਤੁਸੀਂ ਬੰਟੀ ਜੀ ਕੀਤਾ ਹੁੰਦਾ ਅੱਜ ਮੈਨੂੰ ਆਉਣਾ ਪੈਂਦਾ? ਨਹੀਂ ਵੀਰ ਜੀ, ਇੱਦਾਂ ਨਹੀਂ ਕਰਦਾ, ਨਹੀਂ ਆਹ ਦੇਖ ਲਓ, ਅਸੀਂ ਤਾਂ ਤੁਹਾਡੇ ਤੋਂ ਇੱਕ ਮਿੰਟ ਵੀ ਦੇਖੋ ਗੱਲ ਸੁਣੋ, ਤੁਹਾਡਾ ਇੰਨਾ ਖੁਸ਼ੀ ਮਨਾਈ ਅਸੀਂ ਆਪਦੇ ਲਈ ਵੀ, ਸਾਡਾ ਮਹਿਕਮਾ ਵੀ ਸਾਡੇ ਲਈ ਤੁਹਾਡੇ ਕਹਿਣ ਦੇ ਉੱਤੇ ਬਹੁਤ ਵਧੀਆ ਹੋ ਗਿਆ। ਫਿਰ ਤੁਸੀਂ ਤਾਂ ਵਧੀਆ ਹੋਣੀ ਰਹੇ, ਨਹੀਂ ਅਸੀਂ ਜਿਹੜੀ ਕੋਈ ਤੁਸੀਂ ਤਾਂ ਵਧੀਆ ਹੋਣੀ ਰਹੇ, ਆਹ ਕੀ ਹੈ ਕੋਈ ਚੀਜ਼ ਕਦੇ ਨਹੀਂ ਦੇਖੋ, ਮੇਰੀ ਗੱਲ ਸੁਣੋ, ਇਹ ਸੜਕ ਤੁਹਾਨੂੰ ਸਾਰੀ ਪਟਣੀ ਪੈਣੀ, ਨਹੀਂ ਹੁੰਦਾ ਤੁਸੀਂ ਛੱਡ ਦਿਓ ਟੈਂਡਰ, ਕੋਈ ਹੋਰ ਭਰ ਲੂਗਾ, ਪਰ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਇਹਦੇ ਹਿਸਾਬ ਨਾਲ ਆਹ ਪੇਮੈਂਟ ਲਿਆਉਂਦੀ, ਤੁਸੀਂ ਆਹ ਮੇਰੇ ਕਹਿਣ ਦਾ ਕੀ ਹੈ? ਤੁਸੀਂ ਆਪ ਦੇਖੋ, ਨਹੀਂ ਵੀਰ ਜੀ ਠੀਕ ਗੱਲ ਹੈ ਤੁਹਾਡੀ, ਮੈਂ ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ, ਤੁਸੀਂ ਆਪ
ਤੁਸੀਂ ਪ੍ਰੋਸੀਜਰ ਇਹਦੇ ਚਾ ਫੋਲੋ ਕੀਤਾ? ਰੇਤਾ ਹੈਗਾ ਕਿ ਨਹੀਂ ਹੈਗਾ? ਨਹੀਂ ਸਰ, ਅੰਦਰ ਤੱਕ ਜਾਣਾ ਹੈ ਸੀਲ ਕੋਡ। ਆਹ ਦੇਖੋ ਤੁਸੀਂ ਉਹਨੂੰ ਦੇਖੋ ਜੀ, ਕਦੇ ਕੋਈ ਹੋ ਜਾਂਦੀ। ਆਜੋ ਆਜੋ। ਹਾਂਜੀ ਹਾਂਜੀ, ਕਿੱਥੋਂ ਪੱਟੀ ਹੈ? ਨਹੀਂ ਜੀ, ਉਹ ਗਲੀ ਚ ਅੰਦਰ ਲਾਸਟ ਦੇ ਇੱਧਰ ਜਿੱਧਰ ਆਪਣਾ ਆਹ ਦੇਖ ਲਾ ਜੇ ਕਿਤੇ ਰੇਤਾ ਹੀ ਹੈ। ਠੀਕ ਕਰ ਲੈਨੇ ਸਰ, ਕੋਈ ਗੱਲ ਨਹੀਂ, ਹੁਣੇ ਤਾਂ ਇਹੀ ਗੱਲ ਕਰ ਸਕਦੇ ਹਾਂ। ਇਹ ਠੀਕ ਨਹੀਂ ਹੋਣੀ। ਇਹ ਰੇਤਾ ਕਿਵੇਂ ਕੱਢੋਗੇ ਵਿੱਚੋਂ? ਕਿਹੜਾ ਪ੍ਰੋਸੀਜਰ ਲਾਉਂਗੇ ਕੱਢਣ ਲਈ? ਪੱਟੋ, ਇੰਟਰਲੋਕ ਦਾ ਸਾਨੂੰ ਖਰਚਾ ਦੱਸ ਦਿਓ, ਅਸੀਂ ਲਾ ਲੈਂਦੇ ਹਾਂ। ਇਹ ਰੋਡ ਜਿੰਨਾ ਟਾਈਮ ਇਹਨੂੰ ਪ੍ਰੋਪਰ ਨੀ ਬਣਾਉਂਦੇ ਉਨਾ ਟਾਈਮ ਬਣ ਨੀ ਦੇ। ਮੈਂ ਤੁਹਾਨੂੰ ਉਦਣ ਵੀ ਕਿਹਾ ਸੀਗਾ, ਮੈਂ ਤੁਹਾਨੂੰ ਕਿਹਾ ਸੀ ਮੈਂ ਕੋਈ ਇੱਕ ਦਿਨ ਲਈ ਨੀ ਆਇਆ, ਮੈਂ ਰੋਜ਼ ਆਊਂਗਾ। ਨਹੀਂ ਨਹੀਂ, ਰੋਜ਼ ਆਓ ਵੀਜੀ ਹੱਦ, ਮੈਂ ਰੋਜ਼ ਆਊਂਗਾ। ਤੁਹਾਨੂੰ ਕਦੇ ਇਹ ਗੱਲ ਕਦੇ ਕਹਿ ਸਕਦੇ ਅਸੀਂ ਸਾਡੇ ਇਲਾਕੇ ਦੀ ਜਿੰਨਾ ਟਾਈਮ? ਇਸ ਦੌਰਾਨ ਠੇਕੇਦਾਰ ਅਤੇ ਵਿਧਾਇਕ ਮੀਤਹਿਰ ਵਿਚਾਲੇ ਲੰਮੀ ਬਹਿਸਬਾਜੀ ਵੀ ਹੋਈ, ਪਰ ਠੇਕੇਦਾਰ ਅੱਖੀ ਦੇਖਣ ਦੇ ਬਾਵਜੂਦ ਵੀ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਸੜਕ ਦਾ ਕੰਮ ਸਹੀ ਢੰਗ ਨਾਲ ਨਹੀਂ ਹੋ ਰਿਹਾ। ਆਲਮ ਇਹ ਸੀ ਕਿ ਸੜਕ ਤੇ ਪਾਈ ਲੁੱਕ ਅਤੇ ਬਜਰੀ ਪੈਰ ਦੀ ਠੋਕਰ ਨਾਲ ਟੁੱਟ ਰਹੀ ਸੀ ਅਤੇ ਹੇਠਾਂ ਤੋਂ ਰੇਤਾ ਨਿਕਲ ਰਿਹਾ ਸੀ। ਜੇ ਹੋਰ ਵੀ ਕਿਸੇ ਵੀ ਠੇਕੇਦਾਰ ਦਾ ਕੰਮ ਚੱਲਦਾ, ਅਸੀਂ ਸਾਰਿਆਂ ਨੂੰ ਅਵੇਅਰ ਕਰਨਾ, ਜਿਹੜਾ ਵੀ ਠੇਕੇਦਾਰ ਪ੍ਰੋਪਰ ਤਰੀਕਾ ਜਿਹੜਾ ਸਾਰਾ ਨਹੀਂ ਵਰਤਦਾ, ਅਸੀਂ ਬੰਨ ਦੇਣੀ। ਸਾਨੂੰ ਤਾਂ ਤੁਹਾਡਾ ਫਾਇਦਾ ਹੁੰਦਾ, ਅਸੀਂ ਤੁਸੀਂ ਤੁਹਾਨੂੰ ਦੱਸਦਾ ਕੀ ਫਾਇਦਾ? ਤੁਸੀਂ ਕਹਦਾ ਲਓ, ਮੈਂ ਤੁਹਾਨੂੰ ਕਹਿੰਦਾ ਤੁਹਾਨੂੰ ਮਹਿਕਮਾ ਕੋਈ ਚੀਜ਼ ਪ੍ਰੋਵਾਈਡ ਨਹੀਂ ਕਰ ਰਿਹਾ, ਤੁਸੀਂ ਦੱਸੋ। ਤੁਹਾਨੂੰ ਐਸਡੀਓ ਤੁਹਾਨੂੰ ਐਕਸ਼ਨ ਕਹਿੰਦਾ ਵੀ ਭਾਈ ਤੁਹਾਨੂੰ ਅਸੀਂ ਦੇਣੀ ਨਹੀਂ ਚੀਜ਼, ਤੁਸੀਂ ਦੱਸੋ ਤੁਹਾਨੂੰ ਤੁਸੀਂ ਪ੍ਰੋਵਾਈਡ ਕਰਾਈ? ਹਾਂ, ਮੈਂ ਕਰਾਇਆ। ਉਸ ਗੱਲ ਦਾ ਫਾਇਦਾ ਹੋਇਆ, ਮੈਂ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਪ੍ਰੋਵਾਈਡ ਕਰਾਇਆ ਫਸਟ ਕੋਡ, ਫਿਰ ਇੱਥੇ ਪਾਇਆ ਕਿਉਂ ਨਹੀਂ? ਸਰ ਕੀਤਾ ਉਹ ਫਸਟ ਕੋਡ ਦੀ ਇਹਨਾਂ ਦੀ, ਮੈਂ ਮੇਰੇ ਕੋਲ ਵੈਸੇ ਤਾਂ ਸੋਨੂੰ ਦੀ ਡਿਊਟੀ ਹੈ, ਨਹੀਂ ਹੈਗੀ ਤਾਂ ਗੱਲ, ਮੈਂ ਉਹ ਵੈਸੇ ਦੇਖੋ ਫਸਟ ਕੋਡ ਹੋਇਆ, ਉਹ ਮਿੱਟੀ ਹੋਈ ਇੰਨੀ ਵਿਗੜੀ ਇੰਨਾ ਜ਼ਿਆਦਾ 3 ਸਾਲਾਂ 'ਚ। ਮੈਂ ਬੰਟੀ ਜੀ, ਤੁਸੀਂ ਹੱਥ ਰੱਖ ਦਿਓ ਵੀ ਇੱਥੋਂ ਪੱਟੋ, ਉੱਥੋਂ ਪੱਟੂਗਾ। ਉਹ ਸਰ ਮੈਂ ਤੁਸੀਂ ਰੱਖ ਦਿਓ, ਮੈਂ ਕਹਿੰਦੀ ਮੈਂ ਤੁਹਾਡੀ ਹੱਥ ਦੇਖ ਲਈ, ਤੁਹਾਡੀ ਅੱਖ ਦੇਖ ਲਈ, ਤੁਹਾਡੀ ਗੱਲ ਖਾਤੇ ਨੂੰ ਵੀ ਰੋਜ਼ ਤੁਸੀਂ ਜਿੰਨਾ ਮੈਂ ਤੁਹਾਨੂੰ ਸਾਰਾ ਕੁਛ ਉਹ ਹੈ, ਪਰ ਜਿਹੜੀ ਕੋਈ ਗੱਲ ਉਹ ਠੀਕ ਕਰਾ ਲੈਂਦੇ ਹਾਂ, ਕੋਈ ਕਦੇ ਨਾ ਕਦੇ ਐਡੇ ਵੱਡੇ ਕੰਮ ਦੇ ਵਿੱਚ ਇੰਨੀ ਵੱਡੀ ਜਿੱਥੇ ਮਰਜ਼ੀ ਪੱਟੋ। ਦੇਖੋ ਤੁਸੀਂ ਇਸ ਗੱਲ ਨੂੰ, ਅਸੀਂ ਤਾਂ ਤੁਹਾਡੇ ਕੋਲੇ ਕੰਮ ਕਰ ਰਹੇ ਹਾਂ। ਨਹੀਂ ਦੇਖੋ ਤੁਸੀਂ ਮੈਂ ਹੋਰ ਵੀ ਵਧੀਆ ਕਰ ਦਿੰਦੇ, ਬਸ ਇਹੀ ਸਾਡੀ ਵਧੀਆ ਨੀ, ਜੋ ਪ੍ਰੋਪਰ ਗਾਈਡਲਾਈਨ ਮੁਤਾਬਿਕ ਹੈ, ਜਿਵੇਂ ਕਰਦੇ ਹੋ ਤੁਸੀਂ ਠੇਕੇਦਾਰ ਹੋ, ਪਹਿਲੀ ਵਾਰ ਤਾਂ ਠੇਕਾ ਲਿਆ ਨਹੀਂ, ਜੋ ਪ੍ਰੋਸੀਜਰ ਹੈ ਫੋਲੋ ਕਰੋ ਵੀ, ਰੋਜ਼ ਰੋਜ਼ ਚੰਗੀ ਵੀ ਨਹੀਂ ਲੱਗਦੀ। ਤੁਸੀਂ ਸਿੱਧਾ ਤੁਹਾਡੇ ਬਾਹਰ ਕੁਛ ਹੋਰ ਲਿਖਦਾ, ਕੁਛ ਹੋਰ ਲਿਖਦਾ ਲੋਕਾਂ 'ਚ, ਸੁਣਾ ਸਾਡੇ ਪ੍ਰਤੀ ਵੀ ਸੁਨੇਹਾ ਸਰ, ਉਹ ਹੋ ਜਾਂਦਾ। ਤੁਸੀਂ ਸਿੱਧੀ ਸਾਰੇ ਕਿਤੇ 3 ਸਾਲ ਪੁਰਾਣੇ ਪੱਥਰਾਂ 'ਚ ਆ ਕੇ ਸਿੱਧੀ ਪੀਸੀ ਪਾਈ ਜਾਂਦੇ ਹੋ? ਸਰ ਇੱਦਾਂ ਨਹੀਂ, ਪੀਸੀ ਤੁਸੀਂ ਉੱਧਰ ਫਸਟ ਕੋਰਟ ਕੀਤਾ ਇਹਦਾ ਬਕਾਇਦਾ, ਉੱਥੇ 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 ਤੁਸੀਂ ਕਰਤਾ ਫਸਟ ਕੋਰਟ, ਇੱਥੇ ਕੌਣ ਕਰੂਗਾ? ਇੱਥੇ ਵੀ ਕੀਤਾ ਸਰ, ਪੀ ਵੀ ਸੀ 3 ਸਾਲ ਪਹਿਲਾਂ ਦੀ ਪਈ ਹੋਈ ਹੈ।
ਨਹੀਂ ਸਰ ਅਸੀਂ ਹੁਣ ਜੀ ਮੈਂ ਵੀ ਇੰਜੀਨੀਅਰ ਆ ਮੈਨੂੰ ਮੈਨੂੰ ਪਤਾ ਸਰ ਮੈਨੂੰ ਨਾ ਪਾਗਲ ਬਣਾਓ ਨਹੀਂ ਨਹੀਂ ਮੈਂ ਤੁਹਾਡੇ ਤੁਸੀਂ ਗੱਲ ਅਸੀਂ ਤੁਹਾਨੂੰ ਇਹਦੀ ਗੱਲ ਨਹੀਂ ਕਰ ਸਕਦੇ ਸਰ ਤੁਸੀਂ ਸਾਰੀ ਗੱਲ ਜਿੱਥੋਂ ਮਰਜ਼ੀ ਵੱਟ ਦਿਓ ਮੈਨੂੰ ਇੱਕ ਜਗ੍ਹਾ ਵੀ ਪਾਸਪੋਰਟ ਲੱਗਿਆ ਦਿਖਾ ਦਊਂ ਮੈਂ ਅੱਜ ਨਹੀਂ ਮੈਂ ਕੱਲ੍ਹ ਨੂੰ ਲਾਈਆਂ ਹੋਣਗੀਆਂ ਨਾ ਹਾਂਜੀ ਹਾਂਜੀ ਹਨਾ ਇਹਨੂੰ ਇਹ ਗਿਣੋ 14 ਫੁੱਟ ਮੈਂ ਤੁਹਾਨੂੰ ਦੱਸਦਾ ਕੱਲ ਨੂੰ ਐਸਟੀਓ ਐਕਸਲ ਨੂੰ ਇੱਥੇ ਲੈ ਕੇ ਆਵਾਂਗੇ ਹਾਂਜੀ ਜੇ ਤੁਸੀਂ ਪ੍ਰੋਪਰ ਕਰ ਸਕਦੇ ਹੋ ਤਾਂ ਕਰੋ ਨਹੀਂ ਤੁਸੀਂ ਆਪਦਾ ਪਿੱਛੇ ਹਟ ਦਿਓ ਭਾਈ ਕੋਈ ਹੋਰ ਠੇਕੇਦਾਰ ਲੈ ਕੇ ਬਣਾ ਲਏ ਉਹ ਬਣਾ ਲਏ ਅਸੀਂ ਬਣਾ ਨਹੀਂ ਸਕਦੇ ਉਧਰ ਮੌਕੇ ਤੇ ਪਹੁੰਚੇ ਮਹਿਕਮੇ ਦੇ ਅਧਿਕਾਰੀਆਂ ਨੇ ਵੀ ਵਿਧਾਇਕ ਮੀਤ ਹੇਰ ਨੂੰ ਸੜਕ ਦੁਬਾਰਾ ਬਣਾਉਣ ਦਾ ਭਰੋਸਾ ਦਿੱਤਾ ਮਿੱਟੀ ਆ ਦੇਖੋ ਵਿੱਚੋਂ ਨਿਕਲ ਗਈ ਹੋਈ ਦੋ ਤਿੰਨ ਹਾਲ ਹੋ ਜਾ ਕੇ ਦੇਖੀ ਇਹਨਾਂ ਕੱਲ ਨੂੰ ਤੁਸੀਂ ਅਸੀਂ ਜੇ ਇਦਾਂ ਕਰੋ ਦੇਖੋ ਜੀ ਤਾਂ ਤੁਹਾਡੇ ਕੰਮ ਠੀਕ ਆਉਂਦਾ ਦੇਖੋ ਪੁਰਾਣਾ ਕੰਮ ਹੈ ਜੇ ਤੁਹਾਡੇ ਸਮਝ ਚ ਆਉਂਦਾ ਤਾਂ ਸਹੀ ਕਰੋ ਉਹਦੀ ਬੰਦ ਕਰੋ ਨਹੀਂ ਫਿਰ ਉਹੋ ਜਿਹੀ ਸਪੈਸ ਕੋਈ ਨਹੀਂ ਜੀ ਦੱਸੋ ਬੰਦ ਕਰ ਲੈਣਾ ਫਿਰ ਕੱਲ ਨੂੰ ਐਸਟੀ ਸਾਹਿਬ ਆ ਜਾਣਗੇ ਐਸਟੀ ਸਾਹਿਬ ਆਣਗੇ ਜੇ ਤਾਂ ਤੁਹਾਨੂੰ ਲੱਗਦਾ ਵੀ ਅਸੀਂ ਕੰਮ ਕਰ ਸਕਦੇ ਫਿਰ ਤਾਂ ਆਪਾਂ ਕਰ ਲਓ ਅਦਰਵਾਈਜ਼ ਆਪਾਂ ਕੰਮ ਨਹੀਂ ਕੁਆਲਿਟੀ ਦੇ ਸਕਦੇ ਆਪਾਂ ਡਿਸਕਸ ਕਰ ਲਓ ਤੁਸੀਂ ਤੁਸੀਂ ਦੱਸ ਦਿਓ ਹਨਾ ਟੈਕਨੀਕਲ ਬੰਦ ਕਰੋ ਵੀ ਇਹ ਕੁਆਲਿਟੀ ਹੈ ਠੀਕ ਹੈ ਕਿ ਨਹੀਂ ਹਾਂ ਪੱਤਰ ਜੰਮਣਾ ਚਾਹੀਦਾ ਹੈ ਇਹਦੇ ਤੇ ਤੁਸੀਂ ਕੋ ਰਿਓ ਆ ਦੇਖ ਇੱਥੇ ਹੀ ਦੇਖ ਲਓ ਠੀਕ ਹੈ ਕਰਤੀ ਸਾਰੀ ਜਿੰਨਾ ਟਾਈਮ ਪੱਟਦੇ ਨੀ ਮੈਂ ਉਸ ਦਿਨ ਵੀ ਇਹਨਾਂ ਨੂੰ ਜਾ ਕੇ ਵਾਰਨ ਕਰਕੇ ਆਇਆ ਵੀ ਇਹਨੂੰ ਨਾ ਕਰੋ ਇਦਾਂ ਕਿੱਥੇ ਦੀ ਵੀ ਦੂਜੇ ਸਾਡੀ ਕੋਈ ਤੁਹਾਡੇ ਨਾਲ ਦੁਸ਼ਮਣੀ ਨੀ ਸਾਨੂੰ ਸਿਰਫ ਦੇਖੋ ਇਹ ਹੈ ਵੀ ਲੋਕਾਂ ਦਾ ਪੈਸਾ ਬਰਬਾਦ ਨਹੀਂ ਬਿਲਕੁਲ ਸਾਨੂੰ ਵੀ ਚਾਹੀਦੀ ਹੈ ਰੈਪੋ ਸਾਨੂੰ ਕਿਹੜਾ ਅੱਜ ਕੰਮ ਕਰਨਾ ਸਾਰੀ ਉਮਰ ਕੱਲ ਨੂੰ ਮੈਂ
ਦੱਸ ਦਈਏ ਕਿ ਪੂਰੇ ਬਰਨਾਲਾ ਸ਼ਹਿਰ ਵਿੱਚ ਕਰੀਬ 249 ਗਲੀਆਂ ਬਣ ਰਹੀਆਂ ਨੇ ਜਿਨ੍ਹਾਂ ਦਾ ਬਕਾਇਦਾ ਟੈਂਡਰ ਕੀਤਾ ਗਿਆ, ਪਰ ਇਸ ਦੇ ਬਾਵਜੂਦ ਵੀ ਠੇਕੇਦਾਰ ਤੇ ਗਲੀਆਂ ਠੀਕ ਤਰੀਕੇ ਨਾਲ ਨਾ ਬਣਾਉਣ ਦੇ ਇਲਜ਼ਾਮ ਲੱਗ ਰਹੇ ਨੇ। ਦੂਜੇ ਪਾਸੇ ਵਿਧਾਇਕ ਮੀਤ ਹੇਰ ਵੱਲੋਂ ਕਈ ਵਾਰ ਮਾਮਲਾ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਨਾ ਤਾਂ ਸੜਕਾਂ ਹੀ ਠੀਕ ਬਣਾਉਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਅਤੇ ਨਾ ਹੀ ਵਿਭਾਗ ਵੱਲੋਂ ਠੇਕੇਦਾਰ ਖਿਲਾਫ ਕੋਈ ਕਾਰਵਾਈ ਹੀ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਇੰਝ ਲੱਗਦਾ ਜਿਵੇਂ ਇਸ ਪੂਰੇ ਮਾਮਲੇ ਵਿੱਚ ਵੱਡੀ ਮਿਲੀ ਭੁਗਤ ਚੱਲ ਰਹੀ ਹੋਵੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।